ਨੈਣ ਨਿੱਤਰੇ ਅੱਜ ਕਿਉਂ ਹੋਏ ਗਹਿਰੇ ਨੀਜਾਂ ਗਈਆਂ ਕਿਉਂ ਅੱਜ ਕਿਚੋਲੀਆਂ ਵੇ ਥੇ ਹੁਸਨ ਦੇ ਸੁੰਨ ਸੁਨਿਆਂ ਤੇ ਕਿਹਨੇ ਠੀਕਰਾਂ ਆਣ ਫਰੋਲੀਆਂ ਵੇ ਕਿਹਨੇ ਬਾਲ ਦੀ ਵੇ ਦੇਲੀ ਇਸ਼ਕ ਦੀ ਤੇ ਅੱਖਾਂ ਮੁੰਦੀਆਂ ਸ਼ਮ ਸ਼ਮ ਡੋਲੀਆਂ ਵੇ ਸ਼ਬਦੀਆਂ ਇਸ ਸਤਨਾ ਨੇ ਜ਼ੀਵਨ ਫਿਲਾਸਫੀ ਨੂੰ ਸਮਝਾਉਂਦੀਆਂ ਨੇ ਸਾਹਿਤਕ ਤੰਦਾ ਵਿਖ ਰਹੇ ਸਾਰੇ ਦਰਸ਼ਕਾਂ ਦਾ ਐਸ ਅਸ਼ੋਕ ਪੋਰਾ ਵੱਲੋਂ ਨਿਗਾ ਸਵਾਗਤ ਹੈ ਜੀ ਆਇਆਂ ਨੂੰ ਕਿਤਾਬਾਂ ਦੀ ਗੱਲ ਕਰਦੇ ਆ ਅੱਜ ਜਿਸ ਕਿਤਾਬ ਦੀ ਗੱਲ ਕਰਨੇ ਆ ਉਹ ਕਿਤਾਬ ਪਰਮਿੰਦਰ ਸੋਢੀ ਹੁਰਾਂ ਦੀ ਆ ਮੈਂ ਚਰਖਾ ਤੋਂ ਕੱਤਣ ਵਾਲੀ ਪਰਮਿੰਦਰ ਸੋਢੀ ਦੀ ਇਸ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਮੇਰੀ ਵੀ ਇੱਕ ਧਾਰਨਾ ਹੈ ਕਿ ਸਾਡਾ ਇਹ ਬਹੁਤ ਪਿਆਰਾ ਸ਼ਾਇਰ ਫਿਲਾਸਫਰ ਬੁੱਧੀਜੀਵੀ ਚਿੰਤਕ ਲੰਬੇ ਸਮੇਂ ਤੋਂ ਜਾਪਾਨ ਵਰਗੇ ਮੁਲਕ 'ਚ ਰਹਿੰਦਾ ਟੋਕੀਓ 'ਚ ਰਹਿੰਦਾ ਪਰ ਕਦੇ ਵੀ ਇਦਾਂ ਨਹੀਂ ਲੱਗਾ ਕਿ ਉਹ ਪੰਜਾਬ ਦੀ ਮਿੱਟੀ ਤੋਂ ਦੂਰ ਹੈ ਉਹਦੀ ਹਰ ਰਚਨਾ 'ਚੋਂ ਹਰ ਕਵਿਤਾ 'ਚੋਂ ਤੇ ਹਰ ਸਾਹਿਤ ਦੇ ਅੰਗ ਚੋਂ ਇਹ ਝਲਕਦਾ ਕਿ ਉਹ ਰਹਿੰਦਾ ਭਾਵੇਂ ਜਪਾਨ ਚ ਐ ਪਰ ਬੋਲਦਾ ਪੰਜਾਬ ਤੋਂ ਆ ਕਹਿੰਦੇ ਨੇ ਕਿ ਨਵੇਂ ਖਿਆਲ ਸਿਰਜੋ ਨਵੇਂ ਥਾਵਾਂ ਤੇ ਜਾਓ ਨਵੇਂਆਂ ਨੂੰ ਮਿਲੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਜ਼ਿੰਦਗੀ ਉਦਾਸੀਆਂ ਦਾ ਨਾ ਨਹੀਂ ਹੁੰਦਾ ਤੁਸੀਂ ਜ਼ਿੰਦਗੀ ਤੋਂ ਬੜਾ ਕੁਝ ਹਾਸਲ ਕਰ ਲੋਗੇ ਨਵੇਂ ਮਿੱਤਰਾਂ ਨੂੰ ਮਿਲੋ ਉਹਨਾਂ ਨੂੰ ਪਰਖੋ ਕੌਣ ਤੁਹਾਡੇ ਜੋਗ ਹੈ ਕੌਣ ਜੋਗ ਨਹੀਂ ਜ਼ਿੰਦਗੀ ਦੇ ਕਈ ਸੰਸਿਆ ਤੋਂ ਮੁਕਤ ਹੋ ਜਾਓਗੇ ਪਰਮਿੰਦਰ ਸੋਢੀ ਦੀ ਇਹ ਪੁਸਤਕ ਮੈਂ ਚਰਖਾ ਤੂੰ ਕੱਤਣ ਵਾਲੀ ਜਿਸ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ 120 ਪੰਨਿਆਂ ਦੀ ਇੱਕ ਕਿਤਾਬ ਕੀਮਤ ਵੀ 120 ਰੁਪਏ ਰੱਖਦੀ ਹੈ ਮੈਂ ਇਸ ਕਿਤਾਬ ਨੂੰ ਕਈ ਵਾਰੀ ਫਰੋਲਿਆ ਕਈ ਵਾਰੀ ਪੜ੍ਹਿਆ ਕਈ ਵਾਰੀ ਵਿਚਾਰਿਆ ਤੇ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਬਾਰਤਕ ਹੈ ਇਹ ਸ਼ਾਇਰੀ ਦੀ ਕਿਤਾਬ ਹੈ ਇਹ ਫਿਲਾਸਫੀ ਦੀ ਕਿਤਾਬ ਹੈ ਇਹ ਕਿਸ ਤਰ੍ਹਾਂ ਦੇ ਚਿੰਤਨ ਦੀ ਪੁਸਤਕ ਹੈ ਜਿਹਦੇ ਚੋਂ ਇੱਕ ਬਣ ਗਈ ਨਹੀਂ ਬਹੁਤ ਬਣ ਗਿਆ ਡੁੱਲਦਿਆਂ ਨੇ ਇਹ ਕੰਮ ਸਿਰਫ ਤੇ ਸਿਰਫ ਪਰਮਿੰਦਰ ਸੋਢੀ ਕਰ ਸਕਦਾ ਹੈ ਇਸ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਧਾਰਨਾ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਇੰਟੈਲੀਜੈਂਸੀ ਲਿਆਕਤ ਯੋਗਤਾ ਕੀ ਹੁੰਦੀ ਹੈ ਇੱਕ ਵਾਰ ਬੜਾ ਜਿਹੜਾ ਤੁਹਾਡੀ ਜਾਣਕਾਰੀ ਦਾ ਕਹਿ ਲਓ ਤੁਹਾਡੇ ਦਿਮਾਗ ਦਾ ਕਹਿ ਲਓ ਕਿਸੇ ਪ੍ਰੀਖਿਆ ਦਾ ਕਹਿ ਲਓ ਕੋਈ ਮੁਕਾਬਲਾ ਹੋ ਰਿਹਾ ਸੀ ਸਵਾਲ ਸੀ ਕਿ ਬ੍ਰੇਨ ਕਿਹਦਾ ਤੇਜ ਹੁੰਦਾ ਦਿਮਾਗੀ ਤੌਰ ਤੇ ਚੇਤਨਣ ਕੌਣ ਹੁੰਦਾ ਹੁਸ਼ਿਆਰ ਕੌਣ ਹੁੰਦਾ ਬੁੱਧੀਜੀਵੀ ਕੌਣ ਹੁੰਦਾ ਫਿਲਾਸਫਰ ਕੌਣ ਹੁੰਦਾ 30 40 ਲੋਕ ਬੈਠੇ ਸੀ ਬੜੇ ਸਿਆਣੇ ਲੋਕ ਬੈਠੇ ਸੀ ਹਰ ਕੋਈ ਆਪਣਾ ਮਤ ਪੇਸ਼ ਕਰ ਰਿਹਾ ਸੀ ਹਰ ਕੋਈ ਆਪਣੀ ਸੂਝ-ਮੂਝ ਮੁਤਾਬਕ ਜਵਾਬ ਦੇ ਰਿਹਾ ਸੀਗਾ ਕੋਈ ਨੋਬਲ ਪੁਰਸਕਾਰਾਂ ਦੀ ਗੱਲ ਕਰਦਾ ਸੀ ਕੋਈ ਦੁਨੀਆ ਦੇ ਮਹਾਨ ਫਿਲਾਸਫਰਾਂ ਦੇ ਹਵਾਲੇ ਦੇ ਰਿਹਾ ਸੀ ਤੇ ਕੋਈ ਆਪਣੀ ਕਥਾ ਅਨੁਸਾਰ ਆਪਣੇ ਕਥਾ ਵਿਚਾਰ ਅਨੁਸਾਰ ਪ੍ਰਗਟਾਵਾ ਕਰ ਰਿਹਾ ਸੀ ਉਸ ਇਕੱਠ ਚ ਇੱਕ ਬਿਲਕੁਲ ਸਧਾਰਨ ਬੰਦਾ ਜਿਹੜਾ ਪੈਰਾਂ 'ਪਾਰ ਬੈਠਾ ਸੀ ਮੇਲੇ ਕੁਚਲੇ ਕੱਪੜੇ ਸਨ ਬਿਰਧ ਅਵਸਥਾ ਵਰਗਾ ਸੀ ਉਹ ਨਹੀਂ ਬੋਲਿਆ ਸਾਰੇ ਆਪੋ ਆਪਣਾ ਵਿਚਾਰ ਪ੍ਰਗਟ ਕਰ ਚੁੱਕੇ ਸਨ ਅਖੀਰ ਚ ਉਹਨੂੰ ਪੁੱਛਿਆ ਕਿ ਆ ਕਿ ਤੂੰ ਕੁਝ ਕਹਿਣਾ ਕਹਿੰਦਾ ਕਹਿਣਾ ਉਹ ਕਹਿੰਦੇ ਜੋ ਪਹਿਲਿਆਂ ਨੇ ਕਿਹਾ ਉਹਦੇ ਨਾਲ ਤੂੰ ਸਹਿਮਤ ਹੈ ਉਹ ਕਹਿੰਦਾ ਇਹ ਮੇਰੇ ਨਾਲ ਸੰਬੰਧਿਤ ਸਵਾਲ ਨਹੀਂ ਹੈ ਕਿ ਮੈਂ ਇਹਨਾਂ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਉਹ ਕਹਿੰਦੇ ਫਿਰ ਤੂੰ ਦੱਸ ਕਿ ਸਭ ਤੋਂ ਵੱਧ ਦਿਮਾਗ ਕਿਹਦਾ ਹੁੰਦਾ ਤੇ ਸਭ ਤੋਂ ਵੱਧ ਚੇਤਨਣ ਕੌਣ ਬੰਦਾ ਕਿਹੜਾ ਫਿਲਾਸਫਰ ਹੈ ਉਹ ਕਹਿੰਦਾ ਮੇਰੀ ਇੱਕ ਉਦਾਹਰਣ ਸੁਣੋ ਦੋ ਕਟੋਰੀਆਂ ਲੈ ਕੇ ਆਓ ਇੱਕ ਚ ਖੰਡ ਦਾ ਬੂਰਾ ਲਿਆਓ ਤੇ ਇੱਕ ਚ ਨਮਕ। ਦੋਏ ਕਟੋਰੀਆਂ ਲਿਆਂਦੀਆਂ ਗਈਆਂ ਇੱਕ ਨੂੰ ਨਮਕ ਨਾਲ ਭਰ ਲਿਆ ਤੇ ਇੱਕ ਨੂੰ ਖੰਡ ਦੇ ਬੂਰੇ ਨਾਲ। ਫਿਰ ਉਹਨੇ ਕਿਹਾ ਇੱਕ ਖੁੱਲਾ ਬਰਤਨ ਹੋਰ ਲਿਆਓ। ਉਹਦੇ ਚ ਲੋਣ ਜਾਨੀ ਕਿ ਨਮਤ ਨਮਕ ਤੇ ਖੰਡ ਮਿਲਾ ਦਿਓ। ਮਿਲਾ ਦਿੱਤੇ ਗਏ। ਉਹ ਕਹਿੰਦਾ ਮੇਰੇ ਨਾਲ ਚੱਲੋ ਹੁਣ। ਸਾਰੇ ਜਣੇ ਜਿੰਨੇ 35 40 ਸੀ ਉਹਦੇ ਨਾਲ ਤੁਰ ਪਏ। ਕੀੜੀਆਂ ਦੇ ਭੌਂਡ ਦੇ ਨੇੜੇ ਚਲ ਗਏ ਉਹ ਕਹਿੰਦਾ ਇਹ ਵਰਤਨ ਇੱਥੇ ਢੇਰੀ ਕਰ ਦਿਓ ਇਹ ਜਿਹੜਾ ਖੰਡ ਤੇ ਨਮਕ ਦਾ ਮਿਸ਼ਰਣ ਹੈ ਇਹਨੂੰ ਇੱਥੇ ਢੇਰੀ ਕਰ ਦਿਓ ਕਹਿੰਦਾ 2 ਘੰਟੇ ਮੇਰੇ 2 ਘੰਟੇ ਬਾਅਦ ਮੇਰੇ ਨਾਲ ਇਸੇ ਥਾਂ ਤੇ ਵਾਪਸ ਆਇਓ ਸਾਰੇ ਇੰਤਜ਼ਾਰ ਕਰਦੇ ਰਹੇ ਕਿ ਇਹ ਕਿਹੜਾ ਵਿਧੀ ਵਿਧਾਨ ਹੈ ਇਹ ਫਿਲਾਸਫੀ ਨੂੰ ਪਰਖਣ ਦਾ ਕਿਹੜਾ ਤਰੀਕਾ ਹੈ ਜਦੋਂ 2 ਘੰਟੇ ਬਾਅਦ ਉਹ ਸਾਰੇ ਹੀ ਜਿਹੜੇ ਆਪਣੇ ਆਪ ਨੂੰ ਬਹੁਤ ਚਤਾਨ ਬੁੱਧੀਮਾਨ ਤੇ ਸਿਆਣੇ ਸਮਝਦੇ ਸੀਗੇ ਉਸ ਥਾਂ ਤੇ ਆਏ ਜਿੱਥੇ ਨਮਕ ਤੇ ਖੰਡ ਦੇ ਬੂਰੇ ਦਾ ਮਿਸ਼ਨਣ ਡੋਲਿਆ ਗਿਆ ਸੀ ਕੀੜੀਆਂ ਦੇ ਭੌਣ ਨੇੜੇ ਉਹ ਕਹਿੰਦਾ ਇਹ ਜੋ ਕੁਝ ਮਲਬਾ ਪਿਆ ਹੋਣਾ ਇਹਨੂੰ ਕਟੋਰੀ ਚ ਪਾਓ ਇਹ ਕਹਿੰਦਾ ਇੱਕ ਕਟੋਰੀ ਹੋਏਗੀ 2 ਘੰਟੇ ਬਾਅਦ 2 ਕਟੋਰੀਆਂ ਨਹੀਂ ਹੋ ਸਕਦੀਆਂ ਕਮਾਲ ਏ ਸੀ ਕਿ ਇੱਕ ਹੀ ਕਟੋਰੀ ਹੋਈ ਉਹ ਕਹਿੰਦਾ ਇਸ ਕਟੋਰੀ ਚੋਂ ਜਿਹੜਾ ਪਦਾਰਥ ਹੈ ਇਹਨੂੰ ਉਂਗਲੀ ਨਾਲ ਮੂੰਹ ਤੇ ਲਾਜੀਬ ਤੇ ਲਾ ਕੇ ਦੇਖੋ ਜਦੋਂ ਲਾ ਕੇ ਵੇਖਿਆ ਉਹਦੇ ਚ ਖੰਡ ਦਾ ਸਵਾਦ ਨਹੀਂ ਸੀ ਨਮਕ ਸੀ ਉਹ ਕਹਿੰਦਾ ਇਸ ਬੂਰੇ ਦੀ ਖੰਡ ਤੇ ਨਮਕ ਚੋਂ ਕੀੜੀਆਂ ਨੇ ਸਿਰਫ ਖੰਡ ਖਾਦੀ ਆ ਕੀੜੀ ਇੱਕ ਛੋਟਾ ਜਿਹਾ ਜਾਨਵਰ ਹੈ ਇਹਦੇ ਦਿਮਾਗ ਵੀ ਪਤਾ ਨਹੀਂ ਕਿੱਥੇ ਲੱਗਾ ਹੋਇਆ ਕਹਿੰਦਾ ਸਭ ਤੋਂ ਸਿਆਣੀ ਕੀੜੀ ਆ ਜਿਹੜੇ ਜਿਹੜੀ ਆਪਣੇ ਰਾਹ ਹੀ ਨਹੀਂ ਬਣਾਉਂਦੀ ਸਗੋਂ ਉਹਨੂੰ ਪਤਾ ਹੈ ਕਿ ਖਾਣਾ ਵੀ ਕੀ ਹੈ ਸਾਰੇ ਹਰਾਮ ਸਨ ਸਮਾ ਪਾ ਕੇ ਇਸ ਬਜ਼ੁਰਗ ਨੂੰ ਬਹੁਤ ਵੱਡਾ ਇਨਾਮ ਮਿਲਿਆ ਸੀ ਮੈਨੂੰ ਪਰਮਿੰਦਰ ਸੋਢੀ ਦੀ ਇੱਕ ਕਿਤਾਬ ਜਿਹੜੀ ਹੈ ਤੂੰ ਚਰਖਾ ਮੈ ਕੱਤਣ ਵਾਲੀ ਇਹਦੇ ਚੋਂ ਇਹੀ ਕੁਝ ਲੱਭਦਾ ਹੈ ਕਿ ਇਸ ਸਿਆਣੇ ਲੋਕਾਂ ਨੂੰ ਮਤ ਵੀ ਦਿੰਦੀ ਹੈ ਜੀਵਨ ਫਿਲਾਸਫੀ ਵੀ ਸਮਝਾਉਂਦੀ ਹੈ ਜ਼ਿੰਦਗੀ ਚ ਵਿਚਰਨਾ ਕਿਵੇਂ ਆ ਇਹ ਵੀ ਸਮਝਾਉਂਦੀ ਹੈ ਆਮ ਤੌਰ ਤੇ ਕੋਈ ਲੇਖਕ ਜਦੋਂ ਪੁਸਤਕ ਲਿਖਦਾ ਤੇ ਉਹ ਕਿਸੇ ਨੂੰ ਸਮਰਪਿਤ ਕਰਦਾ ਉਹਦੀ ਸਮਰਪਣ ਭਾਵਨਾ ਹੁੰਦੀ ਹੈ ਪਰਮਿੰਦਰ ਸੋਢੀ ਨੇ ਇਸ ਤੂੰ ਚਰਖਾ ਮੱਕਤਣ ਵਾਲੀ ਪੁਸਤਕ ਨੂੰ ਸਮਰਪਿਤ ਕਿਵੇਂ ਕੀਤਾ ਕੇ ਯਾਤਪਾਤ ਨੂੰ ਨਾ ਮੰਨਣ ਵਾਲੇ ਸਾਰੀ ਮਨੁੱਖਤਾ ਨੂੰ ਇੱਕੋ ਸਮਝਣ ਵਾਲੇ ਬੇਹੱਦ ਕੋਮਲ ਦਿਲ ਕਵੀਆਂ ਨੂੰ ਪਿਆਰ ਕਰਨ ਵਾਲੇ ਯਗਤ ਤਮਾਸ਼ਾ ਦੇਖਣ ਆਏ ਨੂੰ ਯੁੱਧ ਕਰਨੇ ਪੈਣ ਹੱਕ ਸੱਚ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਅਜਿਹੇ ਪਰਮ ਪੁਰਖ ਪਿਤਾ ਦਸ਼ਮ ਪਿਤਾ ਨੂੰ ਮੇਰਾ ਸਲਾਮ ਹੈ ਸਮਰਪਣ ਭਾਵਨਾ ਤੋਂ ਇਸ ਕਿਤਾਬ ਦੀ ਸ਼ੈਲੀ ਦਾ ਇਸ ਕਿਤਾਬ ਦੇ ਸਬਜੈਕਟ ਦਾ ਵਿਸ਼ਾ ਵਸਤੂ ਦਾ ਪਤਾ ਲੱਗਦਾ ਕਿਤਾਬ ਚ ਕੀ ਹੈ ਆਪਾਂ ਗੱਲ ਕਰਦੇ ਆਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸੈਤਕ ਤੰਦਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਨਿਗਾਹ ਸਵਾਗਤ ਹੈ ਕਈਆਂ ਨੇ ਪ੍ਰੇਮ ਵਿਆਹ ਤਾਂ ਬੜੇ ਚਾਹਨਾ ਕਰਵਾਏ ਸੀ ਪਰ ਜਦੋਂ ਤੀ ਜਵਾਨ ਹੋਈ ਤੇ ਉਹਨੂੰ ਉਹ ਮਸ਼ਵਰਾ ਦੇਣ ਲੱਗ ਪਏ ਕਿ ਪ੍ਰੇਮ ਬਿਆਹ ਦੇ ਨਤੀਜੇ ਬਹੁਤੇ ਚੰਗੇ ਨਹੀਂ ਹੁੰਦੇ ਕਿਉਂਕਿ ਮੁਹੱਬਤ ਨੇ ਮੁਹੱਬਤ ਘਟ ਜ਼ਿੰਦਗੀ ਦਾ ਤਜਰਬਾ ਵੱਧ ਸਿਖਾ ਦਿੱਤਾ ਸੀ ਪਰਮੇਂਦਰ ਸੋਡੀ ਦੀ ਕਿਤਾਬ ਮੈਂ ਚਰਖਾ ਤੂ ਕੱਤਣ ਵਾਲੀ ਬਾਰੇ ਗੱਲ ਕਰਨੇ ਆਂ ਇਸ ਕਿਤਾਬ ਚ ਇਦਾਂ ਦਾ ਬੜਾ ਕੁਝ ਲੱਭੇਗਾ ਮੈਂ ਅੱਗੇ ਚੱਲ ਕੇ ਜ਼ਿਕਰ ਕਰਾਂਗਾ ਪਰ ਉਸ ਤੋਂ ਪਹਿਲਾਂ ਕਿ ਕਈਆਂ ਨੇ ਪ੍ਰੇਮ ਵਿਆਹ ਕਰਾਏ ਤੇ ਪ੍ਰੇਮ ਵਿਆਹ ਕਰਾਉਣ ਤੋਂ ਬਾਅਦ ਅਦਾਲਤ ਦੇ ਦਰਵਾਜ਼ੇ ਨਾਲ ਮੁਕੱਦਮੇ 'ਚ ਮੱਥਾ ਅਪਣਾ ਲਿਆ ਉਹਨਾਂ ਨੂੰ ਪ੍ਰੇਮ ਵਿਆਹ ਦਾ ਚਾਗ ਘਟ ਰਿਹਾ ਦੁਖਬਧ ਸੈਣੇ ਪਏ ਕਿਉਂਕਿ ਜਵਾਨੀ ਦੀ ਦਹਲਿਜ਼ ਤੇ ਫੈਸਲੇ ਜਜ਼ਬਾਤਾਂ ਦੇ ਨਹੀਂ ਹੁੰਦੇ ਫੈਸਲੇ ਸੁਪਨਿਆਂ ਦੇ ਹੁੰਦੇ ਨੇ ਤੇ ਜਵਾਨੀ ਚ ਸੁਪਨੇ ਜਿਸ ਤਰ੍ਹਾਂ ਦੇ ਆਉਂਦੇ ਨੇ ਉਹ ਸਾਰਿਆਂ ਨੂੰ ਪਤਾ ਵੀ ਹੈ ਸਿਆਣਾ ਮਾਪੇ ਜਦੋਂ ਘਰ ਚ ਧੀ ਜਵਾਨ ਹੋ ਜਾਂਦੀ ਹੈ ਉਹ ਧੀ ਨੂੰ ਨਹੀਂ ਕੂਰਦਾ ਉਹ ਮਾਂ ਨੂੰ ਵਧੇਰੇ ਮਤ ਦਿੰਦਾ ਕਿ ਘਰ ਦਾ ਖਿਆਲ ਕਿਵੇਂ ਰੱਖਣਾ ਹੈ ਪਰਮੇਂਦਰ ਸੋਡੀ ਦੀ ਇਸ ਕਿਤਾਬ ਦੀਆਂ ਮੈਂ ਕੁਝ ਬਣ ਗਿਆ ਤੁਹਾਡੇ ਨਾਲ ਸਾਂਝੀਆਂ ਕਰਦਾ ਤੁਸੀਂ ਆਪ ਅੰਦਾਜ਼ਾ ਲਾਇਓ ਕਿ ਜਾਪਾਨ ਵਸਦਾ ਸਾਡਾ ਪਿਆਰਾ ਮਿੱਤਰ ਪਿਆਰਾ ਲੇਖਕ ਸ਼ਾਇਰ ਆਪਣੇ ਵਿਚਾਰਾਂ ਨੂੰ ਆਪਣੇ ਅੰਦਰਲੇ ਜਜ਼ਬਾਤਾਂ ਨੂੰ ਆਪਣੇ ਖਿਆਲਾਂ ਨੂੰ ਪ੍ਰਗਟ ਕਿਵੇਂ ਕਰਦਾ ਇਸ ਪੁਸਤਕ ਦੇ 17 ਨੰਬਰ ਪੰਨੇ ਤੇ ਉਸ ਜ਼ਿੰਦਗੀ ਦੇ ਡਾਕੀਆਂ ਦੀ ਗੱਲ ਕਰਦਾ ਹੈ ਉਹ ਕਹਿੰਦਾ ਅਸੀਂ ਆਪਣੇ ਸਫ਼ਰ ਨੂੰ ਹਾਲੇ ਸਮਝਣ ਦੀ ਕੋਸ਼ਿਸ਼ ਕਰ ਹੀ ਰਹੇ ਹੁੰਦੇ ਹਾਂ ਕਿ ਸ਼ਾਮ ਪੈਣ ਲੱਗਦੀ ਹੈ ਅਸੀਂ ਆਪਣੇ ਸਫ਼ਰ ਨੂੰ ਹਾਲੇ ਸਮਝਣ ਦੀ ਕੋਸ਼ਿਸ਼ ਕਰ ਹੀ ਰਹੇ ਹੁੰਦੇ ਹਾਂ ਕਿ ਸ਼ਾਮ ਪੈਣ ਲੱਗਦੀ ਹੈ ਸ਼ਾਮ ਪਏ ਧਰੂ ਤਾਰਾ ਝਿਲਮਿਲ ਕਰੇ ਕੋਲ ਹੀ ਕਿਤੇ ਬੱਚੇ ਫੁੱਲਾਂ ਵਾਂਗ ਖੇਡਦੇ ਨੇ ਖੇਡਦੇ ਨੇ ਜਿਵੇਂ ਕਹਿ ਰਹੇ ਹੁਣ ਫਿਕਰ ਨਾ ਕਰਿਓ ਤੁਸੀਂ ਹੁਣ ਜਾਓ ਅਸੀਂ ਹਾਂ ਨਾ ਅਗਲੇ ਸਫ਼ਰ ਲਈ ਬੱਚੇ ਰੱਬ ਦੇ ਡਾਕੀਏ ਨੇ ਇਸੇ ਗੱਲ ਨੂੰ ਕਰਨਲ ਕਬੀਸ਼ਰ ਨੇ ਕਿਹਾ ਕਿ ਜਗ ਜੰਕਸ਼ਨ ਰੇਲਾਂ ਦਾ ਗੱਡੀ ਕਾਵੇ ਇੱਕ ਜਾਵੇ ਕਈ ਤਾਂ ਜਾਣਿਆ ਕਿ ਅੱਖਾਂ ਦੀ ਕਹਾਣੀ ਨਹੀਂ ਉਹ ਜਾਣਦਾ ਕੱਡੇ ਅੱਖਾਂ ਚ ਕਸੂਰ ਅਲੜਾਂ ਦੀ ਅੱਖ ਵਿੱਚ ਸੋਹਣਿਆ ਸੰਗ ਹੁੰਦੀ ਆ ਜ਼ਰੂਰ ਪਰਮੰਦਰ ਸੋਢੀ ਨੇ ਤੇਰੀਆਂ ਅੱਖਾਂ ਦੇ ਥੱਲੇ ਕੁਝ ਸਤਰਾਂ ਲਿਖੀਆਂ ਨੇ ਕਿ ਤੇਰੀਆਂ ਅੱਖਾਂ ਵੱਲ ਦੇਖਿਆ ਤਾਂ ਲੱਗਿਆ ਜਿਵੇਂ ਸਾਰਾ ਕੁਝ ਹੀ ਵੇਖ ਲਿਆ ਤੇਰੀਆਂ ਅੱਖਾਂ ਵੱਲ ਵੇਖਿਆ ਤਾਂ ਲੱਗਿਆ ਜਿਵੇਂ ਸਾਰਾ ਕੁਝ ਹੀ ਵੇਖ ਲਿਆ ਤੇਰੀਆਂ ਅੱਖਾਂ ਨੇ ਮੇਰੇ ਵੱਲ ਵੇਖਿਆ ਤਾਂ ਲੱਗਿਆ ਜਿਵੇਂ ਸਭ ਕਾਸੇ ਨੇ ਮੈਨੂੰ ਵੇਖ ਲਿਆ ਤੇਰੀਆਂ ਅੱਖਾਂ ਨੇ ਮੇਰੇ ਵੱਲ ਵੇਖਿਆ ਤਾਂ ਲੱਗਿਆ ਜਿਵੇਂ ਸਭ ਕਾਸੇ ਨੇ ਮੈਨੂੰ ਵੇਖ ਲਿਆ ਹੈ ਤੂੰ ਮਿਲੀ ਤਾਂ ਲੱਗਿਆ ਕਿ ਸਮੁੱਚੀ ਸ੍ਰਿਸ਼ਟੀ ਸਿਮਟ ਕੇ ਤੇਰਾ ਵਜੂਦ ਬਣ ਗਈ ਹੈ ਅਤੇ ਤੇਰੇ ਮੂਹਰੇ ਖੜਿਆ ਮੈਂ ਬਿੰਦੂ ਜਿਹਾ ਫੈਲ ਕੇ ਪੂਰੀ ਸ੍ਰਿਸ਼ਟੀ ਹੋ ਗਿਆ ਇਹ ਡੈਪਥ ਚ ਡੂੰਘਾਈ ਚ ਜਾ ਕੇ ਸਮਝਣ ਵਾਲੀਆਂ ਗੱਲਾਂ ਨੇ ਜੋ ਜ਼ਿੰਦਗੀ ਦੀ ਤੋਰ ਤੁਰੇ ਮਨੁੱਖ ਨੂੰ ਕਿਤੇ ਨਾ ਕਿਤੇ ਸਮਝਾਉਣ ਸਮਝਣ ਤੇ ਸੰਭਲਣ ਦਾ ਇਸ਼ਾਰਾ ਕਰਦੀਆਂ ਨੇ ਸਬਬ ਇੱਕ ਮਨੁੱਖ ਦਾ ਦੂਜੇ ਮਨੁੱਖ ਨੂੰ ਮਿਲ ਪੈਣਾ ਇੱਕ ਮਨੁੱਖ ਦਾ ਦੂਜੇ ਮਨੁੱਖ ਨੂੰ ਮਿਲ ਪੈਣਾ ਵੱਡਾ ਚਮਤਕਾਰ ਹੁੰਦਾ ਹੈ ਅਗਲਾ ਚਮਤਕਾਰ ਉਸ ਦੀ ਪ੍ਰਵਾਹ ਕਰਨੀ ਤੇ ਉਸ ਬਾਰੇ ਸੋਚਣਾ ਹੁੰਦਾ ਹੈ ਕੋਈ ਬੰਦਾ ਤੁਹਾਨੂੰ ਮਿਲ ਪਵੇ ਇਹ ਚਮਤਕਾਰ ਹੁੰਦਾ ਫਿਰ ਉਹਦੀ ਪ੍ਰਵਾਹ ਕਰਨੀ ਉਹਦੇ ਬਾਰੇ ਸੋਚਣਾ ਦੂਜਾ ਚਮਤਕਾਰ ਹੁੰਦਾ ਜਦ ਕਿ ਕਿਸੇ ਰੱਬ ਦਾ ਸ੍ਰਿਸ਼ਟੀ ਜਾਂ ਕੁਦਰਤ ਬਲੋਂ ਤੁਹਾਡੇ ਤੇ ਇਸ ਤਰ੍ਹਾਂ ਕਰਨ ਦਾ ਕੋਈ ਦਬਾਅ ਨਹੀਂ ਹੁੰਦਾ ਰੱਬ ਵਾਹਿਗੁਰੂ ਜਾਂ ਸ੍ਰਿਸ਼ਟੀ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਕਰ ਰਹੀ ਹੁੰਦੀ ਕਿ ਤੁਸੀਂ ਇਦਾਂ ਕਰੋ ਇਹ ਤੁਸੀਂ ਆਪ ਸੋਚਣਾ ਹੁੰਦਾ ਹੈ ਕਿ ਜੋ ਤੁਹਾਨੂੰ ਮਿਲ ਰਿਹਾ ਹੈ ਉਹਦੇ ਚੋਂ ਕੀ ਵੇਖਣਾ ਹੈ ਉਹਦੇ ਚੋਂ ਕੀ ਹਾਸਲ ਕਰਨਾ ਹੈ ਕਈਆਂ ਨੇ ਦੋਸਤਤਾ ਬਣਾਏ ਪਰ ਨਫਾ ਨਹੀਂ ਕਟਿਆ ਕਈਆਂ ਨੇ ਇਨੀ ਮੁਹੱਬਤ ਕੀਤੀ ਪਰ ਘਾਟੇ ਬੜੇ ਖਾਦੇ ਕਿਉਂਕਿ ਸਮਝਣ ਦੀ ਸੋਚ ਤੋਂ ਜ਼ਿੰਦਗੀ ਦਾ ਸਫ਼ਰ ਚੱਲ ਹੀ ਨਹੀਂ ਸਕਿਆ ਸ਼ਬਦ ਗੌਰ ਗਿਆਨ ਹਾਸਲ ਕਰਨਾ ਹੋਵੇ ਕਿਤੇ ਆਸਣ ਲਾਉਣਾ ਹੋਵੇ ਸ਼ਬਦ ਦੀ ਗੱਲ ਹੁੰਦੀ ਹੈ ਸ਼ਬਦ ਨਹੀਂ ਹਾਂ ਮੈਂ ਸ਼ਬਦ ਨਹੀਂ ਹਾਂ ਮੈਂ ਪ੍ਰਮੇਂਦਰ ਸੋਢੀ ਕਹਿੰਦਾ ਹੈ ਕਿ ਕਈ ਲੋਕਾਂ ਲਈ ਕਵਿਤਾ ਜ਼ਿੰਦਗੀ ਫੁੱਲ ਤੇ ਤਾਰੇ ਮਹਿਜ਼ ਸ਼ਬਦ ਹੁੰਦੇ ਹਨ ਕਈਆਂ ਲਈ ਕਵਤਾ ਫੁੱਲ ਤੇ ਤਾਰੇ ਮਹਿਜ਼ ਸ਼ਬਦ ਹੁੰਦੇ ਹਨ ਕਿ ਬੋਲੇ ਖੇਲੇ ਵਰਤੇ ਬਿਨਾ ਪਤਾ ਲੱਗ ਜਾਂਦਾ ਹੈ ਜੇ ਪੱਕੀਆਂ ਕੰਦਾਂ ਦੀ ਤਲਾਸ਼ ਵਿੱਚ ਨਿਕਲੇ ਹੋ ਤਾਂ ਕੱਚੇ ਰਾਹਾਂ ਨੂੰ ਤੇ ਪੱਤਿਆਂ ਤੇ ਉਤਰਦੀ ਸ਼ੁੱਧ ਸਵੇਰ ਨੂੰ ਰਮਾਨੀ ਨਹੀਂ ਕਹਿੰਦਾ ਜੇ ਪੱਕਿਆਂ ਰਹਾਂਤੇ ਤੁਰਿਓ ਫਿਰ ਪੱਤਿਆਂ ਤੇ ਪਈ ਤਰੇਲ ਦਾ ਵੀ ਅਨੁਭਵ ਕਰਕੇ ਵੇਖੋ ਤੁਹਾਨੂੰ ਸਮਝ ਲੱਗੇਗਾ ਕਿ ਜ਼ਿੰਦਗੀ ਖੁਸ਼ਕ ਪੈਂਡਿਆਂ ਦਾ ਨਾਂ ਨਹੀਂ ਜ਼ਿੰਦਗੀ ਰੰਗीन ਸੁਪਨਿਆਂ ਤੇ ਰੰਗीन ਸ੍ਰਿਸ਼ਟੀ ਦਾ ਨਾਂ ਵੀ ਹੈ ਮੈਂ ਚਰਖਾ ਤੂਕਤਨ ਵਾਲੀ ਪਰਮਿੰਦਰ ਸੋਢੀ ਹੁਰਾਂ ਦੀ ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਿਤ ਨੇ ਅਚੇਤਨਾ ਪ੍ਰਕਾਸ਼ਨ ਨੇ ਸ਼ਾਬ ਕੇ ਸੱਚੀ ਮੁੱਚੀ ਹੀ ਇਸ ਪੀੜੀ ਲਈ ਇਸ ਯੁੱਗ ਲਈ ਮਹਾਨ ਕਾਰਜ ਕੀਤਾ ਪਰਮਿੰਦਰ ਸੋਢੀ ਦੀ ਕਿਤਾਬ ਬਾਰੇ ਹਲੇ ਗੱਲ ਕਰਦੇ ਆ ਬ੍ਰੇਕ ਤੋਂ ਬਾਅਦ ਸਤਿਕ ਤੰਦਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿਗਾ ਸਵਾਗਤ ਹੈ ਕਿਤਾਬਾਂ ਪੜ ਲੈਣੀਆਂ ਚਾਹੀਦੀਆਂ ਨੇ ਸੱਚੀ ਮੁੱਚੀ ਹੀ ਜੀਵਨ ਫਿਲਾਸਫੀ ਪੱਲੇ ਪਵੇਗੀ ਮੈਂ ਇੱਕ ਛੋਟਾ ਜਿਹਾ ਜ਼ਿਕਰ ਕਰਦਾ ਕਿ ਕਦੇ ਵਕਤ ਸੀ ਕਿ ਡੰਗਰ ਹਸਪਤਾਲਾਂ 'ਚ ਸਰਕਾਰੀ ਸਾਨ ਹੁੰਦੇ ਸੀ ਡੰਗਰ ਹਸਪਤਾਲਾਂ 'ਚ ਸਰਕਾਰੀ ਸਾਨ ਹੁੰਦੇ ਸੀ ਪਰ ਕੈਸਾ ਜ਼ਮਾਨਾ ਬਦਲਿਆ ਕਿ ਸਾਨ ਹੁਣ ਸੜਕਾਂ 'ਤੇ ਘੁੰਮਣ ਲੱਗ ਪਏ ਨੇ ਆਪ ਮੁਹਾਰੇ ਘੁੰਮਣ ਲੱਗ ਪਏ ਨੇ ਇਹਨਾਂ ਨੂੰ ਸਰਕਾਰੀ ਸਰਪ੍ਰਸਤੀ ਹੀ ਹੁਣ ਨਹੀਂ ਹੈ ਸੰਗੋ ਹੱਲਾ ਸ਼ੇਰੀ ਵੀ ਮਿਲ ਰਹੀ ਹੈ ਇਸੇ ਕਰਕੇ ਜੀਵਨ ਦੇ ਵਰਤਾਂਤ ਚ ਜੀਵਨ ਦੇ ਫਲਸਫੇ ਚ ਬੜਾ ਕੁਝ ਅਜੀਹਾ ਵਾਪਰ ਰਿਹਾ ਹੈ ਜਿਹਦੇ ਬਾਰੇ ਤੁਸੀਂ ਕਿਆਸ ਵੀ ਨਹੀਂ ਕਰ ਸਕਦੇ ਸੀ ਪਰਮਿੰਦਰ ਸੋਢੀ ਦੀ ਇਹ ਪੁਸਤਕ ਮੈਂ ਚਰਖਾ ਤੂ ਕੱਤਣ ਵਾਲੀ ਇਦੇ ਪੰਨਾ ਨੰਬਰ 90 ਤੇ ਬੇਬਸ ਸ਼ਬਦਾਂ ਦਾ ਇੱਕ ਅੰਧੂਰਾ ਅਧੂਰਾ ਸੰਵਾਦ ਵੇਖੋ ਮੈਨੂੰ ਵੀ ਇਹ ਸਮਝ ਨਹੀਂ ਲੱਗੀ ਕਿ ਜਾਪਾਨ ਵਰਗੇ ਮਸ਼ੀਨੀ ਮੁਲਕ 'ਚ ਮਸ਼ੀਨ ਬਣ ਕੇ ਜ਼ਿੰਦਗੀ ਜਿਉਣ ਵਾਲਾ ਪਰਮਿੰਦਰ ਸੋਢੀ ਪੰਜਾਬੀ ਸਾਹਿਤ 'ਚ ਕਿਤੇ ਵੀ ਅਜੇ ਹਾਨਪਵ ਨਹੀਂ ਪੈਦਾ ਹੋਣ ਦਿੰਦਾ ਕਿ ਉਹ ਪੰਜਾਬ ਤੋਂ ਦੂਰ ਹੈ ਉਹ ਮਾਂ ਬੋਲੀ ਤੋਂ ਦੂਰ ਹੈ ਜਿਹੜੇ ਵੀ ਪਰਮਿੰਦਰ ਸੋਢੀ ਨੂੰ ਮਿਲੇ ਨੇ ਇੱਕ ਪਤਲਾ ਜਿਹਾ ਸਰੀਰ ਤਿੱਖੇ ਨੈਣ ਨਕਸ਼ ਸਧਾਰਨ ਪਹਿਰਾਵਾ ਜਦੋਂ ਵੀ ਉਹ ਸਹਿਤ ਸੰਭਾਵਾਂ ਚ ਜਾਂ ਹੋਰ ਸਮਾਗਮਾਂ ਚ ਕੋਈ ਸਹਿਤਕ ਬਣ ਕੇ ਪੇਸ਼ ਕਰ ਰਿਹਾ ਹੁੰਦਾ ਤਾਂ ਜਿਹਨੂੰ ਕਵਤਾ ਨਾਲ ਸਾਹਿਤਨਾ ਲਗਾਉ ਉਹ ਵੀ ਨਾ ਹੋਵੇ ਕੰਨ ਉਸਦੇ ਵੀ ਸੁਚੇਤ ਹੋ ਜਾਂਦੇ ਨੇ ਇਨੂੰ ਕਹਿੰਦੇ ਨੇ ਸਿਰਜਣਾ ਤੇ ਚੇਤਨਾ ਮੈਂ ਗੱਲ ਕਰਾਇ ਸੀ ਕਿ ਬੇਵਸ ਸ਼ਬਦਾਂ ਦਾ ਅਧੂਰਾ ਅਨਵਾਦ ਉਹ ਦੇਖੋ ਕਹਿੰਦਾ ਕੀ ਹਾਲ ਏ ਦਾ ਅਰਥ ਹੁੰਦਾ ਹੈ ਕਿ ਮੈਂ ਤੇਰੇ ਤੋਂ ਦੂਰ ਉਦਾਸ ਬੈਠਾ ਕੀ ਹਾਲ ਹੈ ਜਦੋਂ ਆਪਾਂ ਕਹਿੰਨੇ ਕਿ ਮੈਂ ਤੇਰੇ ਤੋਂ ਦੂਰ ਉਦਾਸ ਬੈਠਾ ਹਾਂ ਕਿਵੇਂ ਰਿਹਾ ਤੇਰਾ ਦਿਨ ਦਾ ਮਤਲਬ ਹੁੰਦਾ ਹੈ ਮੈਂ ਇਸੇ ਪਲ ਤੇਰੇ ਕੋਲ ਹੋਣਾ ਚਾਹੁੰਦਾ ਹਾਂ ਰੋਟੀ ਖਾ ਲਈ ਅਸਲ 'ਚ ਮੈਨੂੰ ਤੇਰਾ ਫਿਕਰ ਜਿਆ ਹੁੰਦਾ ਹੈ ਹਾਂ ਹੂੰ ਅੱਛਾ ਓਕੇ ਸ਼ਾਇਦ ਕਲਪਨਾ 'ਚ ਤੇਰਾ ਹੱਥ ਫੜੀ ਤੁਰਨਾ ਚਾਹੁੰਦਾ ਹਾਂ ਤੇਰੀ ਆਵਾਜ਼ ਤੋਂ ਤੇਰਾ ਹਾਲ ਕਿੱਸਣਾ ਅਸਲ 'ਚ ਮੇਰੀ ਸੀਮਾ ਹੁੰਦੀ ਹੈ ਤੈਨੂੰ ਸੋਹਣਾ ਸੋਹਣਾ ਕਹਿਣਾ ਅਸਲ 'ਚ ਤੈਨੂੰ 71 7100 ਵਾਰ ਚੁੰਮਣਾ ਹੁੰਦਾ ਹੈ ਅੱਖਾਂ ਖੁੱਲਦੇ ਹੀ ਤੈਨੂੰ ਸ਼ੁਭ ਸਵੇਰ ਕਹਿਣਾ ਗੁੱਡ ਮਾਰਨਿੰਗ ਅਸਲ 'ਚ ਤੇਰੇ ਬਹਾਨੇ ਜਿਉਣ ਦਾ ਹੌਸਲਾ ਕਰਨਾ ਹੁੰਦਾ ਹੈ ਰਾਤ ਜੋ ਕਵਤਾ ਮੇਰੇ ਆਰ ਪਾਰ ਲੰਘਦੀ ਹੈ ਉਹ ਜਫੀ ਹੁੰਦੀ ਹੈ ਜੋ ਮੈਨੂੰ ਤੇਰੀ ਰੂਹ ਦਾ ਹਾਣੀ ਕਰਦੀ ਹੈ ਇੱਕ ਰੰਗ ਦੇਖੋ ਮੈਨੂੰ ਨਹੀਂ ਪਤਾ ਪੇ ਪਰਮੇਂਦਰ ਛੋਡੀ ਜਿਹੀ ਬਨਗੀ ਚ ਖੁੱਲੀ ਕਵਤਾ ਦਾ ਇੱਕ ਰੂਪ ਪੇਸ਼ ਕਰ ਰਿਹਾ ਕਿਸੇ ਵਹਿਰ ਦੀ ਗੱਲ ਕਰ ਰਿਹਾ ਪਰ ਜੋ ਖਿਆਲ ਉਹਦੇ ਸ਼ਬਦਾਂ ਚ ਬੰਦਾ ਹੈ ਉਹਨੂੰ ਥੋੜਾ ਜਿਹਾ ਕਾਗਰਚਿਤ ਹੋ ਕੇ ਵੇਖੋ ਜਿਹੜਾ ਤੁਹਾਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਜਿਹੜੇ ਸਮੁੰਦਰ ਦੇ ਕੰਢੇ ਦਰਿਆਵਾਂ ਦੇ ਕੰਢੇ ਸ਼ਾਇਰ ਕਰਦੇ ਨੇ ਉਹ ਸ਼ਾਇਦ ਇਹਨਾਂ ਸਤਰਾਂ ਨੂੰ ਬਹੁਤ ਜਲਦੀ ਸਮਝਣ ਕਿ ਸਾਗਰ ਕੋਲ ਆ ਕੇ ਮੈਂ ਸੋਚਦਾ ਹਾਂ ਕਿ ਮੇਰੇ ਵਰਗੇ ਸੰਸਾਰੀ ਚਿੱਕੜ ਚ ਲਿਬੜੇ ਜੀਵ ਨੇ ਕਿ ਸਾਗਰ ਕੋਲ ਆ ਕੇ ਮੈਂ ਸੋਚਦਾ ਹਾਂ ਕਿ ਮੇਰੇ ਵਰਗੇ ਸੰਸਾਰੀ ਚਿੱਕੜ ਚ ਲਿਬੜੇ ਜੀਵ ਨੇ ਇੰਨੇ ਸਾਰੇ ਨੀਲ ਦਾ ਕੀ ਕਰਨਾ ਇਹਦਾ ਕੀ ਕਰੀਏ ਕੁਦਰਤ ਨੇ ਅਸਲ ਚ ਤੁਹਾਨੂੰ ਲਿਬੜਿਆਂ ਤੇ ਬਿੜਿਆਂ ਨੂੰ ਸਮੁੰਦਰ ਦੇ ਕੋਲ ਸਾਗਰ ਕੋਲ ਖੜ ਕੇ ਦੇਖੋ ਇਹ ਨੀਲਾ ਪਾਣੀ ਤੁਹਾਨੂੰ ਕਹਿੰਦਾ ਕੀ ਹੈ ਇਹ ਜ਼ਿੰਦਗੀ ਸਮਝਾਉਣ ਦਾ ਇੱਕ ਬਹੁਤ ਵੱਡਾ ਅਨੁਭਵ ਹੈ ਡੇਰੇ ਡੇਰੇ ਦੀ ਗੱਲ ਪਰਮਿੰਦਰ ਸੋਢੀ 76 ਨੰਬਰ ਪੰਨਾ ਤੇ ਕਰਦਾ ਇਸ ਪੁਸਤਕ ਚ ਕੇ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ ਦੇਖਣ ਵਾਲੇ ਲਈ ਡੇਰੇ ਸਮਾਜ ਵਿਗਿਆਨ ਦੇ ਸੋਸ਼ਲ ਸਾਇੰਸ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ ਵੇਖਣ ਵਾਲੇ ਲਈ ਡੇਰੇ ਕੀ ਨੇ ਜਾਤੀਵਾਦ ਬੇਰੋਜ਼ਗਾਰੀ ਤੇ ਬੇਇਨਸਾਫੀ ਨਾਲ ਭਰੇ ਸਮਾਜ ਦੀ ਪੈਦਾਵਾਰ ਹਨ ਮੈਂ ਕਲਾ ਤੇ ਸਾਹਿਦ ਦਾ ਵਿਦਿਆਰਥੀ ਹਾਂ ਇਹ ਨਜ਼ਰੀਆ ਇੱਕ ਨਜ਼ਰੀਆ ਇਹ ਵੀ ਹੈ ਕਿ ਦਿਖਾਵੇਬਾਜ਼ੀ ਅਤੇ ਕਲਾਮਾ ਪ੍ਰਤੀ ਲਾਪਰਵਾਹੀ ਨੇ ਸਾਡੇ ਸਹਿਜ ਅਤੇ ਸੋਝ ਸੁਆਦਾਂ ਨੂੰ ਖੁੰਡਾ ਕੀਤਾ ਹੈ ਜਦੋਂ ਅਸੀਂ ਸਹਿਜ ਤੇ ਸੋਝ ਸੋਝ ਨਾਲੋਂ ਬਖਾਵੇ ਤੇ ਤਾਕਤ ਨੂੰ ਮਹੱਤਤਾ ਦਿੰਦੇ ਹਾਂ ਤਾਂ ਸਮਾਜ ਦੀ ਗਰਾਵਟ ਵਿੱਚ ਸੱਚੀ ਮੁੱਚੀ ਹਿੱਸਾ ਪਾਉਂਦੇ ਆ ਇਹ ਉਹ ਡੇਰਿਆਂ ਦੀ ਫਿਲਾਸਫੀ ਨੂੰ ਦੱਸਦਾ ਪਰਮੇਂਦਰ ਲਈ ਮੈਂ ਸ਼ੁਭ ਕਾਮਨਾਵਾਂ ਤਪੇਸ਼ੀ ਕਰਦਾ ਪਰ ਮੈਂ ਉਹਦੀ ਸਾਹਿਤ ਚ ਦੇਣ ਨੂੰ ਪ੍ਰਮਾਨ ਹੀ ਨਹੀਂ ਕਰਦਾ ਵਡਿਆਈ ਵੀ ਕਰਦਾ ਉਹਦੀ ਸਿਫਤ ਵੀ ਕਰਦਾ ਕਿ ਸਾਹਿਤ ਚ ਜੋ ਕੁਝ ਉਹਨੇ ਦਿੱਤਾ ਉਹ ਆਪਣੇ ਢੰਗ ਨਾਲ ਦਿੱਤਾ ਹੈ ਫਿਲਾਸਫੀ ਨੂੰ ਪਿਆਰ ਕਰਦੇ ਹੋ ਸਾਈਕੋਲੋਜੀ ਨੂੰ ਸਮਝਦੇ ਹੋ ਜੀਵਨ 'ਚ ਕੋਈ ਰੰਗ ਭਰਨਾ ਚਾਹੁੰਦੇ ਹੋ ਤਾਂ ਮੈਂ ਇਹ مشਵਰਾ ਦੇਾਂਗਾ ਕਿ ਪਰਮਿੰਦਰ ਸੋਢੀ ਦੀ 120 ਪੰਨਿਆਂ ਦੀ ਕਿਤਾਬ ਪੜ੍ਹ ਕੇ ਵੇਖੋ ਮੈਂ ਸतीश ਗਲਾਟੀ ਹਰਾਂ ਨੂੰ ਵੀ ਮੁਬਾਰਕਬਾਦ ਦੇਵਾਂਗਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਛਾਪਣ ਲਈ ਉਪਰਾਲਾ ਕੀਤਾ ਹੈ ਕਿਤਾਬ ਦੇ ਨੇੜੇ ਹੋਵੋਗੇ ਤੁਸੀਂ ਜ਼ਿੰਦਗੀ ਦੇ ਬਹੁਤ ਨੇੜੇ ਚਲੇ ਜਾਓਗੇ ਸਹਿਤਕ ਤੰਦਾਂ ਪ੍ਰੋਗਰਾਮ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਮੁਹੱਬਤ ਲਈ ਮੈਂ ਸਜਦਾ ਕਰਦਾ ਤੁਹਾਡੇ ਪਿਆਰ ਨੂੰ ਸਲਾਮ ਕਰਦਾ ਤੁਸੀਂ ਫੀਡਬੈਕ ਦੇ ਸਕਦੇ ਹੋ ਇਨਫੋ @justbroadcasting.com ਜਾਂ powara@justbroadcasting.com ਤੇ ਉਡੀਕਾਂਗਾ ਤੁਹਾਡੇ ਹੰਗਾਰੇ ਦੀ ਇੱਥੇ ਹੀ ਐਸ ਅਸ਼ੋਕਪੁਰਾ ਨੂੰ ਇਜ਼ਾਜ਼ਤ ਦਿਓ ਮਿਹਰਬਾਨੀ ਸ਼ੁਕਰੀਆ